ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਪਾਲਕ ਵੱਢਾਂਗੇ। ਦੇਖੋ ਪਾਲਕ ਲੱਗਿਆ ਹੋਇਆ, ਅੱਜ ਅਸੀਂ ਉਹਦੇ ਪਕੌੜੇ ਬਣਾਵਾਂਗੇ ਪਾਲਕ ਦੇ। ਪਾਲਕ ਦਾ ਸੀਜ਼ਨ ਖਤਮ ਹੋ ਰਿਹਾ ਜੀ, ਅਤੇ ਅਸੀਂ ਸੋਚਿਆ ਚੱਲ ਪਕੌੜੇ ਬਣਾ ਲੈਂਦੇ ਹਾਂ। ਅਤੇ ਤਾਜ਼ਾ ਪਾਲਕ ਆ, ਵਧੀਆ ਘਰ ਦਾ ਵਧੀਆ ਦੇਸੀ ਪਾਲਕ ਹੈਗਾ। ਆ ਜੋ ਵੱਢੀਏ ਪਾਲਕ। ਤਾਂ ਦੇਖੋ ਜੀ, ਬਾੜੀ 'ਚ ਅਸੀਂ ਬਹੁਤ ਕੁਛ ਲਾਇਆ ਹੋਇਆ। ਆਹ ਹਲਦੀ ਲਾਈ ਹੋਈ ਆ, ਆਹ ਚੀਕੂਆਂ ਦਾ ਬੂਟਾ ਲਾਇਆ ਹੋਇਆ, ਆਹ ਧਨੀਆ ਲਾਇਆ ਹੋਇਆ, ਅਤੇ ਆਹ ਕੜੀ ਪੱਤਾ, ਅਤੇ ਉਹ ਲਸਣ ਲੱਗਿਆ ਹੋਇਆ, ਅਤੇ ਆਹ ਪਾਲਕ ਹੈਗਾ। ਅਤੇ ਆਪਾਂ ਪਾਲਕ ਵੱਢਾਂਗੇ। ਦੇਖੋ ਜੀ, ਬਹੁਤ ਵਧੀਆ ਪਾਲਕ ਆ। ਜਦੋਂ ਇਹਦੇ ਵਿੱਚ ਤਾਜ਼ਾ ਤਾਜ਼ਾ ਪਾਣੀ ਲੱਗਿਆ ਹੁੰਦਾ ਤਾਂ ਵਧੀਆ ਬਣਿਆ ਪਿਆ ਪਾਲਕ। ਪਤਾ ਵੀ ਲੱਗੇ ਨਾ ਸਾਡੇ। ਪਾਲਕ ਵੱਢ ਲਿਆ ਜੀ, ਹੁਣ ਧੋ ਵੀ ਕੜਾਹੀ ਮੈਂ ਰੱਖਤੀ ਹੈ ਜੀ, ਹੁਣ ਆਪਾਂ ਤੇਲ ਪਾਵਾਂਗੇ ਇਹਦੇ ਵਿੱਚ, ਗਰਮ ਹੋ ਗਈ ਹੈ ਜੀ। ਬਸ ਦੇਖ, ਬੇਸਣ ਆਹ ਮਸਾਲਾ ਤਿਆਰ ਕਰਾਂਗੇ। ਬੇਕਿੰਗ ਪਾਊਡਰ ਪਾਵਾਂਗੇ, ਬੇਕਿੰਗ ਸੋਡਾ ਪਾਵਾਂਗੇ, ਪੀਲਾ ਰੰਗ ਪਾ ਰਹੇ ਹਾਂ। ਇੱਕ ਚਮਚ ਹਰੀ ਮਿਰਚ ਦਾ, ਲਾਲ ਮਿਰਚ, ਪਾਲਕ ਤਾਂ ਕਰਾਰਾ ਹੀ ਹੁੰਦਾ। ਤੇਲ ਗਰਮ ਹੋ ਗਿਆ ਅਤੇ ਹੁਣ ਮੈਂ ਪਕੌੜੇ ਪਾਉਂਗੀ।
दोपहर का टाइम आई भुख बड़ी लगी आ बहुत टेस्टी बने आ बिल्कुल सही है तुम भी बना के खा के देखो जी बहुत वधिया लगते आ जे तुहानू वीडियो पसंद आई लाइक तो शेयर जरूर करियो धन्यवाद जी खट्टी चटनी।